ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਮਨਰਾਜ ਈ ਸਰਵਿਸ ਯੂਟਿਊਬ ਚੈਨਲ। ਦੋਸਤੋ, ਬਾਬਾ ਫਰੀਦ ਯੂਨੀਵਰਸਿਟੀ ਦੇ ਅੰਦਰ ਜਿਹਨਾਂ ਵੀਰਾਂ ਨੇ ਪੋਸਟਾਂ ਫਿਲ ਕੀਤੀਆਂ ਸੀ, ਉਹਨਾਂ ਨੂੰ ਦੱਸਣਾ ਚਾਹਾਂ ਕਿ ਉਹਨਾਂ ਦੇ ਐਡਮਿਟ ਕਾਰਡ ਆ ਜਿਹੜੇ ਉਹ ਆ ਚੁੱਕੇ ਨੇ। ਸੋ ਆਪਾਂ ਸਭ ਤੋਂ ਪਹਿਲਾਂ ਇਹਨਾਂ ਦੀ ਸਾਈਟ ਓਪਨ ਕਰਾਂਗੇ। ਇਸ ਤੋਂ ਬਾਅਦ ਆਪਣੇ ਅੱਗੇ ਇਹ ਪੇਜ ਓਪਨ ਹੋਵੇਗਾ। ਇਸ ਤੋਂ ਬਾਅਦ ਆਪਾਂ ਹੇਠਾਂ ਨੂੰ ਸਕਰੋਲ ਕਰਾਂਗੇ। ਸੋ ਸਭ ਤੋਂ ਉੱਪਰ ਵਾਲਾ ਜੋ ਲਿੰਕ ਤੁਹਾਨੂੰ ਦਿਖਾਈ ਦੇ ਰਿਹਾ, ਇਸ 'ਤੇ ਆਪਾਂ ਕਲਿੱਕ ਕਰਾਂਗੇ। ਅਸੀਂ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ਵਿੱਚ ਤੁਹਾਨੂੰ ਦੱਸਿਆ ਸੀ ਕਿ ਜਿਹੜੇ 22 ਤਰੀਕ ਨੂੰ ਜਿਨ੍ਹਾਂ ਦਾ ਐਗਜ਼ਾਮ ਹੋਣਾ, ਉਹ ਕੈਂਡੀਡੇਟਾਂ ਦੇ ਹੀ ਜਿਹੜੇ ਐਡਮਿਟ ਕਾਰਡ ਆਏ ਨੇ। ਸੋ ਇਸ ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਨੂੰ ਆਪਣੇ ਅੱਗੇ ਪੇਜ ਓਪਨ ਹੋਵੇਗਾ। ਸੋ ਜੋ ਫਾਰਮ ਭਰਾਉਂਦੇ ਸਮੇਂ ਆਪਾਂ ਰਜਿਸਟ੍ਰੇਸ਼ਨ ID ਅਤੇ ਪਾਸਵਰਡ ਆਪਣੇ ਮੋਬਾਈਲ ਨੰਬਰ 'ਤੇ ਆਏ ਸੀ, ਆਪਾਂ ਨੂੰ ਮੈਸੇਜ ਆਇਆ ਸੀ, ਉਹ ਆਪਾਂ ਇਸ ਵਿੱਚ ਐਂਟਰ ਕਰਾਂਗੇ ਅਤੇ ਪਾਸਵਰਡ ਐਂਟਰ ਕਰਕੇ ਆਪਾਂ ਲੌਗਇਨ ਕਰ ਦੇਵਾਂਗੇ ਤਾਂ ਜੋ ਆਪਣੇ ਅੱਗੇ ਐਡਮਿਟ ਕਾਰਡ ਦੀ ਜਿਹੜੀ ਆਪਸ਼ਨ ਆ ਉਹ ਓਪਨ ਹੋ ਜਾਵੇਗੀ ਅਤੇ ਆਪਾਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਾਂ। ਜੇਕਰ ਕੋਈ ਐਡਮਿਟ ਕਾਰਡ ਡਾਊਨਲੋਡ ਕਰਨ ਦੇ ਵਿੱਚ ਦਿੱਕਤ ਆ, ਸਮੱਸਿਆ ਆ ਰਹੀ ਆ, ਤਾਂ ਤੁਸੀਂ ਹੇਠ ਲਿਖੀ ਜਿਹੜੀ ਮੇਲ ਆ ਇਹਨਾਂ ਦੀ punjabgovernment2020@gmail.com 'ਤੇ ਤੁਸੀਂ ਮੇਲ ਕਰ ਸਕਦੇ ਹੋ। ਜੋ ਆਪਾਂ ਨੂੰ ਫੀਸ ਚਲਾਨ ਆ ਜਿਹੜਾ ਪ੍ਰਿੰਟ ਆਊਟ ਨਿਕਲਿਆ ਸੀਗਾ ਫਾਰਮ ਫਿਲ ਕਰਦੇ ਸਮੇਂ, ਉਹ ਤੁਸੀਂ ਮੇਲ ਕਰ ਸਕਦੇ ਹੋ। 19 ਤਰੀਕ ਤੋਂ ਪਹਿਲਾਂ ਤੁਸੀਂ ਮੇਲ ਕਰ ਸਕਦੇ ਹੋ, ਰਜਿਸਟ੍ਰੇਸ਼ਨ ID ਅਤੇ ਪਾਸਵਰਡ ਉਹਨਾਂ ਤੋਂ ਲੈ ਸਕਦੇ ਹੋ। ਬਟ ਆਪਾਂ ਨੂੰ ਜਿਹੜਾ ਮੈਸੇਜ ਆਪਾਂ ਨੂੰ ਆਇਆ ਸੀਗਾ ਫਾਰਮ ਭਰਾਉਂਦੇ ਸਮੇਂ, ਉਸ ਸਮੇਂ ਆਪਾਂ ਨੂੰ ਰਜਿਸਟ੍ਰੇਸ਼ਨ ID ਅਤੇ ਪਾਸਵਰਡ ਮਿਲ ਹੀ ਗਏ ਸੀ। ਸੋ ਸਾਰੇ ਵੀਰਾਂ ਕੋਲ ਮੈਸੇਜ ਹੋਣਾ, ਸੋ ਤੁਸੀਂ ਉਹ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਐਂਟਰ ਕਰਕੇ ਜਿਹੜਾ ਆਪਣਾ ਐਡਮਿਟ ਕਾਰਡ। ਜੋ ਵੀਰ ਆਪਣੇ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ, ਉਹਨਾਂ ਅੱਗੇ ਰਿਕੁਐਸਟ ਹੈ ਕਿ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈੱਲ ਆਈਕਨ ਨੂੰ ਪ੍ਰੈਸ ਕਰ ਲੈਣ। ਇਸ ਅਤੇ ਨਾਲ ਹੀ ਤੁਸੀਂ ਇਹ ਵੀਡੀਓ ਆਪਣੇ ਯਾਰਾਂ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਿਓ। ਥੈਂਕ ਯੂ।